ਬਿਕਮ ਮਜੀਠੀਆ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਦੱਸ ਦਈਏ ਕਿ ਵੱਡੀ ਖਬਰ ਸਾਹਮਣੇ ਆਈ ਹੈ ਕਿ ਐਨਡੀਪੀਐਸ ਕੇਸ ਦੇ ਵਿੱਚ ਬਿਕਰਮ ਮਜੀਠੀਆ ਨੂੰ ਕੁਝ ਰਾਹਤ ਮਿਲੀ ਹੈ। ਜਿਹੜੇ ਐਸਆਈਟੀ ਦੇ ਵੱਲੋਂ ਜਿਹੜੇ ਸੰਮਣ ਨੇ ਉਹ ਭੇਜੇ ਗਏ ਸਨ, ਉਹ ਸਿੱਟ ਨੇ ਵਾਪਸ ਲੈ ਲਏ ਨੇ, ਕਿਉਂਕਿ ਬਿਕਰਮ ਮਜੀਠੀਆ ਨੇ ਪਿਛਲੀ ਸੁਣਵਾਈ ਦੇ ਵਿੱਚ ਸਿੱਟ ਦੇ ਸੰਮਣਾਂ ਨੂੰ ਹਾਈ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਸੀ, ਸੰਮਣਾਂ ਨੂੰ ਨਜਾਇਜ਼ ਦੱਸਿਆ ਸੀ, ਜਿਸ ਦੇ ਚੱਲਦੇ ਐਕਸ਼ਨ ਲੈਂਦੇ ਹਾਈ ਕੋਰਟ ਦੇ ਵੱਲੋਂ ਇਹਨਾਂ ਸੰਮਣਾਂ ਨੂੰ ਵਾਪਸ ਲੈਣ ਦੀ ਗੱਲ ਕੀਤੀ ਗਈ। ਅਤੇ ਹੁਣ ਐਨਡੀਪੀਐਸ ਕੇਸ ਦੇ ਵਿੱਚ ਭੇਜੇ ਸੰਮਣ ਨੇ ਜਿਹੜੇ ਸਿੱਟ ਨੇ ਵਾਪਸ ਲੈ ਲਏ ਨੇ, ਤਾਂ ਕਹਿ ਸਕਦੇ ਹਾਂ ਕਿ ਬਿਕਰਮ ਮਜੀਠੀਆ ਨੂੰ ਇਸ ਕੇਸ ਦੇ ਵਿੱਚ ਥੋੜ੍ਹੀ ਰਾਹਤ ਮਿਲੀ ਹੈ। ਇਸ ਕੇਸ ਦੇ ਵਿੱਚ ਹਾਈ ਕੋਰਟ ਤੋਂ ਵੱਡੀ ਰਾਹਤ ਮਿਲਦਿਆਂ ਦੱਸਿਆ ਜਾ ਰਿਹਾ ਹੈ ਕਿ ਹੁਣ ਜਿਹੜੇ ਸਿੱਟ ਦੇ ਵਿੱਚ ਸੁਣਵਾਈ ਹੁੰਦੀ ਸੀ ਉਹ ਹਾਲੇ ਨਹੀਂ ਹੋਏਗੀ, ਉਸਦੇ ਬਾਰੇ ਹਾਲੇ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੋਈ ਕਿ ਅੱਗੇ ਜਿਹੜੀ ਸਵਾਲ ਜਵਾਬ ਨੇ ਉਹ ਕਦੋਂ ਹੋਣਗੇ, ਕਿਉਂਕਿ ਪਿਛਲੇ ਦਿਨੀ ਜਿੰਨੀ ਵੀ ਇਨਕੁਆਇਰੀ ਸੀ ਉਹ ਸਿੱਟ ਦੇ ਵੱਲੋਂ ਕੀਤੀ ਜਾਂਦੀ ਸੀ। ਸਿੱਟ ਦੇ ਵੱਲੋਂ ਪਟਿਆਲਾ ਦੇ ਵਿੱਚ ਲਗਾਤਾਰ ਬੁਲਾਇਆ ਜਾ ਰਿਹਾ ਸੀ, ਬਿਕਰਮ ਮਜੀਠੀਆ ਦੇ ਨਾਲ ਐਨਡੀਪੀਐਸ ਕੇਸ ਦੇ ਬਾਰੇ ਗੱਲਬਾਤ ਕੀਤੀ ਜਾਂਦੀ ਸੀ, ਪੁੱਛਗਿੱਛ ਦੇ ਲਈ ਬੁਲਾਇਆ ਜਾਂਦਾ ਸੀ। ਅਤੇ ਹੁਣ ਬਿਕਰਮ ਮਜੀਠੀਆ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ, ਸਿੱਟ ਦੇ ਜਿਹੜੇ ਸੰਮਣ ਭੇਜੇ ਸਨ ਉਹ ਵਾਪਸ ਲੈ ਲਏ ਨੇ, ਅਤੇ ਹੁਣ ਅੱਗੇ ਦੀ ਕਾਰਵਾਈ ਹੈ ਜਿਹੜੀ ਉਸ ਬਾਰੇ ਹਾਲੇ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੋਈ, ਪਰ ਵੱਡੀ ਰਾਹਤ ਹੈ ਜਿਹੜੀ ਬਿਕਰਮ ਮਜੀਠੀਆ ਨੂੰ ਮਿਲੀ ਹੈ। ਅਤੇ ਵੱਡੀ ਖਬਰ ਸਾਹਮਣੇ ਆਈ ਹੈ ਕਿ ਬਿਕਰਮ ਮਜੀਠੀਆ ਨੂੰ ਹੁਣ ਹਾਈ ਕੋਰਟ ਤੋਂ ਰਾਹਤ ਮਿਲ ਗਈ ਹੈ, ਅਤੇ ਐਨਡੀਪੀਐਸ ਕੇਸ ਦੇ ਵਿੱਚ ਐਸਆਈਟੀ ਦੇ ਭੇਜੇ ਹੋਏ ਸੰਮਣ ਸਿੱਟ ਨੇ ਵਾਪਸ ਲੈ ਲਏ ਨੇ।